दो फुट का गैप हाथ ना लाओ सर मोबाइल नहीं खो सकता। मैं तेन कुछ गलत कहा, वीडियो मैं SSB दफ्तर लैके जानी तुम दसदा। मैं नेम प्लेट 15 दिन हो गए नहीं लाई, एवं चलान कटदा लोगों के, वीडियो पई तेरी मेरे को जिन्होंने बर्दाश्त नहीं करना, और जिहड़े अद्धे कमजोर होए उन्होंने अपने आप नूं मार लेना। ठीक है जी, बेनती यही है कि अपना अपना काम ढंग ना करो, तमीज ना करो। ठीक है जी, पढ़ी लिखी सारी दुनिया है। ठीक है जी, जो असीं सारे भटक गए तो फिर इन्हां नूं राह नहीं लभना। दैनिक वेल पंजाबी टीवी देख रहे तमाम दर्शकों का स्वागत करते हैं। अज असी आए हैं जलंधर के काला सिंह रोड के उत्ते, जिथे कि कल एक बहुत ही ज़्यादा वीडियो वायरल हो रही थी कि पुलिस मुलाजम वालों एक नौजवान के थप्पड़ मारिया जा रहा है। आओ असी गलबात करते हैं नौजवान के नाल। हाँ जी सर, की नाम अपना? सर मेरा नाम शंटी बरार है, मैं कोट सदीक पुड्डा कलोनी का रहने वाला। सर मेरे घर के बाहर नाका लगा हुआ है। ठीक है जी, तो सर की कल मामला की होया कि एक तुम लाइव होना पाया फेसबुक के उत्ते? सर मामला यह होया कि असी ना इतने काफ़ी दिन तो साढ़ा ना नाल वाली सड़क क्रॉस करके नाल गली के अंदर मकान बन रहा है। सर मेरे सारे डॉक्यूमेंट पूरे आ, ये सानू ना बार बार रोक के चैकिंग करते। अगर मैं दिन में 10 बार लंघ रहा तो मैं 10 बार रोक के 10 बार मेरी चैकिंग हो रही थी। मैं इन्हों बेनती की कि सर मैं इतने रहना तो मैं इतने समान पहुँचा हों या मैं चाह पानी देना होंगे, प्लीज़ मेरे डॉक्यूमेंट पूरे आ, मैनू बार बार ना रोकया जाए, मैं मैंटली प्रैशर ना किया जाए। ठीक है सर, वो अफसर सर पर किसी की गल नहीं सुनते। कल उन्होंने कोई आया समान लैके घर का, इन्होंने वह बेवजह कोई चलान कट दिता, जबकि वो अपनी जगह पर सही सी। इतने कॉन्स्टेबल बैठे हुए थे, अपनी नेम प्लेट उतारी हुई सी। ठीक है जी, तो उन्होंने चलान कट दिता मेरी अखा के सामने। मैं सड़क क्रॉस करके इतने आया, मैं जो उन्होंने सवाल किया कि सर तुम चलान तो कट दिता, पर तुम चलान किदा कटिया, तुहाडे कोल तां अथॉरिटी नहीं, ना तुहाडे कोल स्टार लगा और ना ही नेम प्लेट आ, तुसीं तां पहचान भी नहीं दस रहे अपनी, नाम भी पुछया। ਉਹ ਨਾ ਮੈਨੂੰ ਅੱਗੋਂ ਜਿੱਦਾਂ ਗਾਲਾਂ ਕੱਢਣ ਲੱਗ ਪਏ, ਹਾਈਪਰ ਹੋ ਗਏ ਕਿ ਮੇਰੀ ਈਗੋ 'ਤੇ ਗੱਲ ਲੱਗ ਗਈ। ਇਹਨੇ ਮੈਨੂੰ ਪੁੱਛਿਆ ਕਿੱਦਾਂ, ਠੀਕ ਹੈ ਜੀ, ਦੱਸਾਂ ਤੈਨੂੰ ਲਿਆ ਡੰਡਾ। ਮੈਨੂੰ ਸਰ ਉੱਠ ਕੇ ਮਾਰਨ ਨੂੰ ਪਏ ਆ, ਇੱਕ ਚਪੇਟ ਤਾਂ ਇੱਥੇ ਹੀ ਮਾਰਤੀ ਉਹਨਾਂ ਨੇ, ਮੇਰੇ ਪਿੱਛੇ ਦੌੜੇ ਆ ਡੰਡਾ ਲੈ ਕੇ, ਜਦੋਂ ਨਾਲ ਦੇ ਕੋਂਸਟੇਬਲ ਨੂੰ ਕਹਿ ਰਹੇ ਸੀ। ਠੀਕ ਹੈ ਜੀ, ਮੈਨੂੰ ਉੱਥੇ ਜਾ ਕੇ ਚਪੇੜਾ ਮਾਰਨ ਲੱਗ ਪਏ, ਫੋਨ ਖੋਹਣ ਲੱਗ ਪਏ। ਠੀਕ ਹੈ ਜੀ, ਮੈਂ ਇੱਕੋ ਸਵਾਲ ਉਹਨਾਂ ਨੂੰ ਵਾਰ ਵਾਰ ਕਹਿ ਰਿਹਾ ਕਿ ਮੈਂ ਗਲਤ ਕਿੱਥੇ, ਮੈਂ ਤਾਂ ਤੁਹਾਨੂੰ ਸਵਾਲ ਹੀ ਕਰ ਰਿਹਾ, ਮੈਂ ਕਿਹੜਾ ਤੁਹਾਨੂੰ ਕੋਈ ਕਤਲ ਕਰਤਾ ਜਾਂ ਕੋਈ ਗੋਲੀ ਮਾਰੀ, ਮੈਂ ਤਾਂ ਸਵਾਲ ਹੀ ਕੀਤਾ, ਤੁਸੀਂ ਤੁਹਾਡਾ ਬੰਦਾ ਨਹੀਂ ਚਲਾਉਣ, ਤੁਸੀਂ ਕਿੱਦਾਂ ਕੱਟ ਰਹੇ ਹੋ। ਬਸ ਇਹੀ ਗੱਲ ਤੋਂ ਸਰ ਉਹ ਮੈਨੂੰ ਮਾਰਨ ਨੂੰ ਪੈ ਗਏ, ਝਗੜਾ ਝੁਗੜਾ, ਕਹਿੰਦੇ ਤੇਤੇ ਪਰਚਾ ਦੇ ਦੂੰਗਾ, ਯੇ ਕਰੂੰਗਾ, ਵੋ ਕਰੂੰਗਾ। ਤੁਸੀਂ ਵੀਡੀਓ 'ਚ ਆਪ ਦੇਖ ਵੀ ਸਕਦੇ ਆ, ਮੇਰੀ ਕੋਈ ਗਲਤੀ ਨਹੀਂ। ਮੈਨੂੰ ਸੜਕ ਦੇ ਵਿੱਚ ਉਹਨਾਂ ਨੇ ਖਲੋ ਕੇ ਥੱਪੜ ਮਾਰੇ ਸਾਰੀ ਪਬਲਿਕ ਦੇ ਸਾਹਮਣੇ। ਸੂਤਰਾਂ ਦੇ ਮੁਤਾਬਿਕ ਪਤਾ ਲੱਗ ਰਿਹਾ ਕਿ ਇਹ ਜਿਹੜਾ ਏਰੀਆ ਵਾ ਇਹ ਲੰਬੜਾ ਦੀ ਹੱਦ ਦੇ ਵਿੱਚ ਆਉਂਦਾ, 5 ਨੰਬਰ ਦਾ ਏਰੀਆ ਨਹੀਂ ਆਉਂਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਸਰ, ਇਹ ਹੈਗੀ ਆ ਕੋਟ ਸਦੀਕ ਦੀ ਨਹਿਰ ਹੈ ਸਰ। ਇੱਧਰੋਂ ਜਿਹੜੀ ਇੱਧਰ ਨੂੰ ਜ਼ਮੀਨ ਸਟਾਰਟ ਹੁੰਦੀ ਹੈ ਉਹ ਸਾਰੀ ਪਿੰਡ ਵਿੱਚ ਬੋਲਦੀ ਹੈ, ਉਹ ਸਾਰਿਆਂ ਦੇ ਐਡਰੈਸ ਪਿੰਡ ਵਿੱਚ ਬੋਲਦੇ ਆ। ਠੀਕ ਹੈ ਜੀ, ਇਹ MC ਨੂੰ ਨਹੀਂ ਲੱਗਦੀ। ਔਰ ਨਹਿਰ ਤੋਂ ਉਸ ਪਾਸੇ ਜਿਹੜਾ ਏਰੀਆ ਹੈਗਾ ਉਹ ਹੈਗਾ 5 ਨੰਬਰ ਥਾਣੇ ਦਾ। ਇਹ ਫਿਰ ਵੀ ਧੱਕਾਸ਼ਾਹੀ ਕਰਦੇ ਹੋਏ ਸਰ ਅੱਗੇ ਆ ਕੇ ਇੱਥੇ ਬੈਠ ਜਾਂਦੇ ਆ। ਇਹਨਾਂ ਨੂੰ ਪਤਾ ਕਿ ਇਹ ਪਿੰਡ ਏਰੀਆ, ਇਹਦਾ ਇੱਕੋ ਰਸਤਾ, ਇੱਥੋਂ ਲੋਕ ਦੂਜਿਆਂ ਪਾਸਿਆਂ ਤੋਂ ਨਹੀਂ ਜਾ ਸਕਦੇ। ਇਹ ਇੱਥੇ ਹੀ ਸਾਨੂੰ ਵਾਰ ਵਾਰ ਰੋਕਦੇ ਨੇ, ਸਾਡੀਆਂ ਮਾਵਾਂ ਭੈਣਾਂ ਭਰਜਾਈਆਂ ਨੂੰ, ਕਲੋਨੀ ਦੇ ਹਰ ਬੰਦੇ ਨੂੰ। ਜਿਹਦੇ ਡਾਕੂਮੈਂਟ ਪੂਰੇ ਆ ਉਹਨੂੰ ਮੈਂਟਲੀ ਟੋਰਚਰ, ਜਿਹਦਾ ਮੰਨ ਲਓ ਇੱਕ ਪੋਲਿਊਸ਼ਨ ਖਤਮ ਆ 50 ਰੁਪਏ ਦਾ, ਉਹਦੇ ਉੱਤੇ ਇੱਦਾਂ ਦਾਬਾ ਮਾਰਦੇ ਜਿੱਦਾਂ ਉਹਨੇ ਕਤਲ ਕੀਤਾ, ਅਤੇ ਇੱਥੇ ਪੈਸੇ ਰੱਖ ਕੇ ਜਾ ਅਤੇ ਤੈਨੂੰ ਜਾਣ ਦੇਣਾ, ਇੱਦਾਂ ਦਾ ਸਾਡੇ ਨਾਲ ਬਿਹੇਵ ਕਰਦੇ ਆ। ਜਿਹੜੀ ਆ ਕੱਲ੍ਹ ਦੀ ਇੱਕ ਘਟਨਾ ਵਾਪਰੀ ਆ, ਇਹਦੇ ਮੁਤਾਬਿਕ ਇਹਦੇ ਰਿਕਾਰਡਿੰਗ ਤੁਸੀਂ ਕੋਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ? ਸਰ ਮੈਂ ਕਿਸੇ ਅਧਿਕਾਰੀ ਨਾਲ ਗੱਲ ਫੇਸ ਟੂ ਫੇਸ ਨਹੀਂ ਕੀਤੀ ਹੈ, ਬਟ ਕੱਲ੍ਹ ਮੈਂ CP ਸਾਹਿਬ ਦੇ ਜਾ ਕੇ ਜੋ ਮੇਰੇ ਨਾਲ ਹੋਇਆ ਉਹਦੀ ਮੈਂ ਇੱਕ ਲਾਈਵ ਵੀਡੀਓ ਬਣਾਈ, ਔਰ ਮੈਂ ਜਾ ਕੇ ਇੱਕ ਸਰ ਰਿਟਨ ਕੰਪਲੇਂਟ ਦੇ ਕੇ ਆਇਆ CP ਸਾਹਿਬ ਦੇ ਦਫ਼ਤਰ ਦੇ ਵਿੱਚ, ਤੁਸੀਂ ਦੇਖ ਸਕਦੇ ਆ। ਪਰ ਮੈਨੂੰ ਆਸ਼ਵਾਸਨ ਦਿੱਤਾ ਗਿਆ ਸੀ ਉਹਨਾਂ ਵੱਲੋਂ ਕਿ 24 ਘੰਟੇ ਵਿੱਚ ਤੁਹਾਨੂੰ ਫੀਡਬੈਕ ਮਿਲੇਗਾ, ਕਿਉਂਕਿ CP ਸਾਹਿਬ ਨਾਲ ਕੱਲ੍ਹ ਮੁਲਾਕਾਤ ਨਹੀਂ ਹੋ ਪਾਈ। ਅਤੇ ਤੁਸੀਂ ਕੀ ਮੰਗ ਕੀ ਕਰਦੇ ਹੋ? ਸਰ ਮੰਗ ਕਰਦੇ ਹਾਂ ਕਿ ਸਭ ਤੋਂ ਪਹਿਲੀ ਮੰਗ ਆ, ਮੇਰੀ ਹੋਰ ਕੋਈ ਮੰਗ ਮੰਨੀ ਜਾਏ ਮੈਨੂੰ ਕੋਈ ਪਰਵਾਹ ਨਹੀਂ, ਇੱਕ ਮੰਗ ਮੇਰੀ ਜ਼ਰੂਰ ਮੰਨੀ ਜਾਏ, ਪਹਿਲੀ ਮੰਗ
इस बंदे नूं इदां दे साइको बंदे नूं जिहदे दिमाग च पता नहीं की चलदा है कि मैं कॉन्सटेबल नहीं खरे मैं डीएसपी एसपी लग गया कि जो मैं चाहां कर सकदा, इस बंदे नूं डिसमिस किया जाए। ये नाल दे जिहड़े साथी होर बदतमीज़ आ जिहड़े साडियां मावां भैणां नाल भी बदतमीजी करदे आ, एक दा मैनूं नाम याद आ सोमनाथ पतले जे हैगे आ 5 नंबर चौंकी दे, ये पहलां भी सस्पेंड हो चुके सुनिया, इन्हां ने माफ़ियां मूफियां मांग के ड्यूटी ते चढ़े सी, फिर उही करतूतां इन्हां दियां सामने आ रहियां। साडियां मावां भैणां नाल बड़ी बदतमीजी नाल बोलदे आ, असीं काफ़ी दिन तो बर्दाश्त कर रहे सी पर कल मेरे को सर बर्दाश्त नहीं होया, मैं उन्हां नूं सवाल किया, अगू मैनूं मारन नूं भी पे, मैं तां भी वीडियो बंद नहीं की क्योंकि कल मैं बर्दाश्त नहीं कर पाया इन्हां दा धक्का। पिंड दे होर भी लोग मौजूद ने अपने नाल, उन्हां नाल गलबात करदे आ। हांजी हांजी जी, की नाम? हांजी मेरा नाम बलविंदर कौर है। की कहना चाहते हो तुसीं इह गल देख के? कुछ नहीं सर, मेरे बच्चे मतलब कि एक छोटा बेटा सीगा 15 साल का, वह आंदा पिया सी कम तो, ते मेरी बेटी ड्यूटी करके आंदी पई सी, ते चलो बेटी चलांदी पई सी, ड्राइव करती पई सी, उन्होंने इत्थे रोक लिया कि तुहाडा हैलमेट कित्थे आ। कुड़ी ने हैलमेट दिखा दिता कि मेरा हैलमेट आया, पेपर दिखाए, पेपर पूरे सीगे, ठीक आ, उन्होंने मार्क्स भी पाया सीगा, ते इन्होंने ना उन्होंने कहिंदे कि तुसीं साइड ते लगा लो एक्टिवा, इधर एक साइड ते एक्टिवा लगा दित्ती। इन्होंने बच्चों ने मैनूं फोन किया कि मम्मी इदा सानूं रोक लिया आ, मेरा 3 साल का बेटा सीगा, मैं उन्होंने छड के गुआढ़ियों के घर आ गई, तो उन्होंने बेटी मेरी भेज दिता कि तुसीं जाओ, ठीक आ, तो बेटा मेरा इत्थे खड़ा आ, तो उन्हों इत्थे मैं उन्हों का नाम नहीं जानती, काफ़ी जने इत्थे खड़े हुए थे, कहिंदे किन्नी तेरी एज आ, मैं क्या भी एज 15 साल आ, कहिंदे ड्राइव करता सीगा, मैं ड्राइव मेरी बेटी करती सी, वह नहीं सी करता, तो उन्होंने अगो धमकी देने लग पे, जे तेन असी एक्ट बारे देखिया तो असी तेरे केस पा देना। तुसीं दसो एक 15 साल के बच्चे का की केस पाया जाएगा? ये हर जगह से साढ़े ना धक्का ही करते आते, धक्का ही करते आते, असं फिर भी इस कलोनी के रहने पे हाँ, इतने असं 50 वारी लंघना, सानू 50 वारी इन्होंने रोकना ही रोकना। ਸਾਨਾ ਹੋਰ ਵੀ ਲੋਕ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਅੰਕਲ ਜੀ, ਕੀ ਕਹਿਣਾ ਤੁਹਾਡਾ? ਵੇਖੋ ਜੀ, ਮੇਰਾ ਨਾਮ ਗੁਰਮੁਖ ਸਿੰਘ ਆ। ਜਦੋਂ ਕੋਈ ਵੀ ਬੰਦਾ ਆਉਂਦਾ ਵਾ, ਭਾਵੇਂ ਕੋਈ ਬੰਦਾ ਸ਼ੇਅਰ ਕਰਦਾ ਕੁਛ ਵੀ ਗੱਲ ਦਾ, ਕਿਸੇ ਆਪੋ ਆਪਣਾ ਕੋਈ ਸੌਦਾ ਲੈਣ ਜਾਂਦਾ, ਕੋਈ ਰੋਟੀ ਪਾਣੀ ਲੈਣ ਜਾਂਦਾ, ਕੁਛ ਹੱਥੇ ਕਿ ਉਹ ਦਿਹਾੜੀਦਾਰ ਬੰਦਾ ਵਾ, ਸਾਰੇ ਕੋਈ ਵੀ ਉਹ ਦਿਹਾੜੀ ਆਪਣੀ ਕਰਦਾ ਵਾ, ਅਤੇ ਜਦੋਂ ਉਹ ਦਿਹਾੜੀ ਕਰਨ ਜਾਊ ਤਾਂ ਰੋਟੀ ਖਾਊਗਾ, ਹੈਂ, ਜੇ ਦਿਹਾੜੀ ਕਰੂ ਤਾਂ ਰੋਟੀ ਖਾਊਗਾ, ਅਤੇ ਜੇ ਹੁਣ ਦਿਹਾੜੀ ਨਾ ਕਿਸੇ ਨੂੰ ਜਾਣਦਾ, ਰੋਟੀ ਕਿੱਥੋਂ ਖਾਊਗਾ? ਸਾਡਾ ਤਾਂ ਇਹ ਕੰਮ ਆ। ਅਤੇ ਫਿਰ ਜਿਹੜੇ ਕੋਈ ਬੰਦੇ ਨੂੰ ਚੁੱਕ ਕੇ ਲੈ ਜਾਂਦੇ, ਕਰੋਨਾ ਦੇ ਵਿੱਚ ਪਾ ਦਿੰਦੇ ਆ, ਇੱਥੋਂ ਕੋਈ ਬੱਚਾ ਨੌਜਵਾਨ ਚੁੱਕ ਲੈ, 15 ਸਾਲ ਤੋਂ ਲੈ ਕੇ 25 ਸਾਲ ਤੱਕ ਚੁੱਕ ਕੇ ਲੈ ਜਾਂਦੇ ਆ, ਉੱਥੇ ਜਾ ਕੇ ਵਿਖਾਉਂਦੇ ਨੇਗੇ, ਅਤੇ ਡੈੱਡ ਬੋਡੀ ਲੈ ਜਾਂਦੇ, ਵਿਖਾ ਦਿੰਦੇ, ਮੁੜ ਕੇ ਮੁੰਡੇ ਦੀ ਲੈ ਜਾਂਦੇ, ਮੁੜ ਕੇ ਲਿਜਾਉਂਦੇ, ਕੁੜੀ ਦੀ ਲੈ ਜਾਂਦੇ ਉੱਥੇ। ਆਪਣੀ ਦਵਾਈ ਲੈ ਕੇ ਆਂਦਾ ਪਿਆ, ਕੋਈ ਬੁਖਾਰ ਦੀ, ਕੋਈ ਖੰਘ ਦੀ, ਕੋਈ ਜ਼ੁਕਾਮ ਦੀ, ਕਹਿ ਦਿੰਦੇ ਆ ਜੀ ਕੈਪਸੂਲ ਫੜ ਲਏ, ਕੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਕੋਲ ਕੈਪਸੂਲ ਇੰਨੇ ਵਾਧੂ ਆ, ਇਹਨਾਂ ਕੋਲ ਚਿੱਟਾ ਇੰਨਾ ਹੀ ਵਾਧੂ, ਜਿਹੜਾ ਹਰ ਇੱਕ ਇਨਸਾਨ ਦੇ ਉੱਤੇ ਸੁੱਟੀ ਜਾਂਦੇ ਆ। ਸਾਡਾ ਕਹਿਣਾ ਇਹ ਕਿ ਬੱਚੇ ਨਾਲ ਕੱਲ੍ਹ ਨਜਾਇਜ਼ ਕੀਤੀ ਗਈ ਹੈ, ਠੀਕ ਹੈ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਇੱਥੇ ਨਾਕਾ ਨਹੀਂ ਲੱਗਣਾ ਚਾਹੀਦਾ, ਪਬਲਿਕ ਨਾਲ ਬਦਤਮੀਜ਼ੀ ਨਹੀਂ ਕਰਨੀ ਚਾਹੀਦੀ, ਅਗਰ ਦੁਬਾਰਾ ਇਹ ਗਲਤੀ ਕੀਤੀ ਤਾਂ ਪਬਲਿਕ ਭੜਕ ਜਾਏਗੀ, ਇੱਟਾਂ ਮਾਰੇਗੀ ਇਹਨਾਂ ਨੂੰ। ਹਾਂ, ਬਹੁਤ ਪਰੇਸ਼ਾਨ ਹੋ ਗਈ ਹੈ ਪਬਲਿਕ, ਹੱਦ ਤੋਂ ਜ਼ਿਆਦਾ ਪਰੇਸ਼ਾਨ ਇਹਨਾਂ ਕੋਲ, ਇਹ ਸਾਡੇ ਨਾਲ ਨਹੀਂ ਸਾਡਾ ਸਾਥ ਦੇ ਰਹੇ, ਸਾਡਾ ਫਾਇਦਾ ਚੱਕ ਰਹੇ, ਨਜਾਇਜ਼ ਕਰ ਰਹੇ ਆ ਸਾਡੇ ਨੂੰ। ਆਖਿਰ ਦੇ ਵਿੱਚ ਭਾਅ ਜੀ ਕੀ ਕਹਿਣਾ ਚਾਹੁੰਦੇ ਹੋ? ਆਖਿਰ ਦੇ ਵਿੱਚ ਭਾਅ ਜੀ ਇਹੀ ਕਹਿਣਾ ਚਾਹੁੰਦਾ, ਹਰ ਬੰਦਾ ਆਪਣੇ ਜੋ ਉਹਦੀ ਪਾਵਰ ਹੈ ਜਾਂ ਜੋ ਉਹਦਾ ਡਿਊਟੀ ਨਾ ਉਹਦੇ ਮੁਤਾਬਿਕ ਕੰਮ ਕਰੇ ਤਾਂ ਸਭ ਖੁਸ਼ ਆ, ਠੀਕ ਹੈ ਜੀ। ਇਹ ਨਾਕਾ ਅੱਗੇ ਲੈ ਆਇਆ, ਇਹ ਪਹਿਲੀ ਗੱਲ, ਨਾਕਾ ਵਾਪਸ ਲੈ ਕੇ ਜਾਣ, ਪਬਲਿਕ ਉੱਦਾਂ ਹੀ ਬੜੀ ਪਰੇਸ਼ਾਨ ਆ, ਭੁੱਖ ਤੋਂ ਪਰੇਸ਼ਾਨ ਆ, ਕੰਮ ਤੋਂ ਪਰੇਸ਼ਾਨ ਆ, ਅਤੇ ਪੰਜਾਬ ਪੁਲਿਸ ਹੋਰ ਲੋਕਾਂ ਨੂੰ ਨਾ ਪਰੇਸ਼ਾਨ ਕਰੋ, ਅੱਧਿਆਂ ਨੇ ਮਰ ਜਾਣਾ, ਸੁਸਾਈਡ ਕਰ ਲੈਣਾ, ਅਤੇ ਅੱਧਿਆਂ ਨੇ ਤੁਹਾਨੂੰ ਮਾਰ ਦੇਣਾ ਜਿਨ੍ਹਾਂ ਨੇ ਬਰਦਾਸ਼ਤ ਨਹੀਂ ਕਰਨਾ, ਔਰ ਜਿਹੜੇ ਅੱਧੇ ਕਮਜ਼ੋਰ ਹੋਏ ਉਹਨਾਂ ਨੇ ਆਪਣੇ ਆਪ ਨੂੰ ਮਾਰ ਲੈਣਾ, ਠੀਕ ਹੈ ਜੀ। ਬੇਨਤੀ ਇਹ ਹੋਈ ਹੈ ਕਿ ਆਪਣਾ ਆਪਣਾ ਕੰਮ ਢੰਗ ਨਾ ਕਰੋ, ਤਮੀਜ਼ ਨਾ ਕਰੋ, ਠੀਕ ਹੈ ਜੀ। ਪੜ੍ਹੀ ਲਿਖੀ ਸਾਰੀ ਦੁਨੀਆ ਵੈ, ਠੀਕ ਹੈ ਜੀ। ਜਦੋਂ ਅਸੀਂ ਸਾਰੇ ਭਟਕ ਗਏ ਤਾਂ ਫਿਰ ਇਹਨਾਂ ਨੂੰ ਰਾਹ ਨਹੀਂ ਲੱਭਣਾ। ਇੱਕ ਵੀਡੀਓ ਵਾਇਰਲ ਹੋਈ ਹੈ ਕਿ ਜਿਹੜੇ ਮੁਲਾਜ਼ਮਾਂ ਵੱਲੋਂ ਉੱਥੇ ਚਲਾਨ ਕੱਟਣ ਵਾਲੇ ਹੰਗਾਮਾ ਵੀ ਕੀਤਾ ਗਿਆ, ਕੁੱਟਮਾਰ ਵੀ ਕੀਤੀ ਗਈ ਹੈ, ਉਸਦੇ ਬਾਰੇ ਕੀ ਕਹਿਣਾ? ਪੰਜਾਬ ਪੁਲਿਸ ਦਾ ਧੱਕਾ ਕਦੋਂ ਤੱਕ ਇੱਦਾਂ ਹੀ ਚੱਲਦਾ ਰਹੇਗਾ? ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲਦਾ। ਕੈਮਰਾਮੈਨ ਤਰੁਣ ਦੇ ਨਾਲ ਸਾਹਿਲ ਮਲਹੋਤਰਾ, ਦੈਨਿਕ ਮੇਲ ਟੀਵੀ ਜਲੰਧਰ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ।
कट्टन वाले नू मुंह मंगया इनाम। परेशानी जिवें मनचाहा प्यार, पति पत्नी चनबन, काले जादू दा खात्मा, बीमारी दवा ना लगना, वशीकरण करवाओ, जिस नू चाहे उस नू अपने वश च करो। लाटरी नंबर पाओ भावे 649 होवे जां लोटोमैक्स। धोखेबाज प्रेमी प्रेमिका सौतन दुश्मन नू अपनियां अखां सामने तड़फदा वेखो। 7082844950। पंडित एम के शर्मा, फीस नहीं इनाम लवांगा, धोखा नहीं कम करांगा, माता रानी ने चाहिया ता खून दे हंजू नहीं आउण देवांगा। पंडित मौलवी तो विश्वास खो चुके एक बार जरूर अजमाओ। पंडित एम के शर्मा, प्रेमी प्रेमिका नु मिलाना, सौतन दुश्मन तो छुटकारा, विदेश यात्रा च रुकावट, माता पिता नु मनाना, एक बार मिलाओ फोन ते जरूर अजमाओ अपनी किस्मत। करो संपर्क 97793995।